ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮਿਸ਼ਰਪੁਰਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਬਟਾਲੇ ਸ਼ਹਿਰ ਦੇ ਨਾਲ ਹੀ ਆ ਜਿਹੜਾ ਵੀਰ ਜੀ ਹੁਣਾਂ ਦਾ ਪਿੰਡ, ਸਰਬਜੀਤ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਗੇ ਵੀ ਕਾਫੀ ਵੀਡੀਓ ਆਪਾਂ ਤੁਹਾਨੂੰ ਦਿਖਾਈ ਦੀਆਂ ਅਤੇ ਚੰਗੇ ਪਸ਼ੂ ਵੀਰ ਜੀ ਹੁਣਾਂ ਕੋਲ ਹਰ ਭਰੀ ਹੁੰਦੇ ਆ। ਅੱਜ ਵੀ ਤੁਹਾਨੂੰ ਜਿਹੜੀਆਂ ਵਾ ਚੰਗੀਆਂ ਵੈਣਾਂ, ਤੁਹਾਨੂੰ ਸੂਈਆਂ ਸਵਾਈਆਂ ਅੱਜ ਤੁਹਾਨੂੰ ਜ਼ਿਆਦੀਆਂ ਦਿਖਾਉਣੀਆਂ, ਇੱਕੋ ਹੀ ਗੱਬਣ ਤੁਹਾਨੂੰ ਦਿਖਾਉਣੀ ਆ ਅਤੇ ਬਾਕੀ ਸਾਰੀਆਂ ਤੁਹਾਨੂੰ ਸੂਈਆਂ ਦਿਖਾਉਣੀਆਂ। ਅੱਜ ਇੱਕ ਜਰਸੀ ਵੀ ਤੁਹਾਨੂੰ ਅੱਜ ਇੱਕ ਚੰਗੇ ਦੁੱਧ ਵਾਲੀ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਚਲੋ ਵਧੀਆ, ਕਿਰਪਾ ਚਾਹੀਦੀ ਜੀ। ਅੱਜ ਮਾਲ ਫਿਰ ਕਰ ਲਿਆਂਦਾ ਇਕੱਠਾ, ਫਿਰ ਦੋ ਗਾਵਾਂ ਤੇ ਹੁਣ ਦੂਰ ਹੀ ਕਹਿੰਦੇ ਘੱਲੀਆਂ। ਅੱਛਾ, ਉਹ ਪਹਿਲੀਆਂ ਵੀਡੀਓ ਤੋਂ ਹੀ ਵੇਖ ਕੇ ਆਏ ਹੁਣੇ? ਵੀਡੀਓ ਤੋਂ ਵੇਖ ਕੇ ਆਏ, ਉਹਨਾਂ ਨੇ ਗਾਵਾਂ ਵੀਡੀਓ ਤੇ ਮਤਲਬ 4-5 ਪਹਿਲਾਂ ਲਈਆਂ ਆਏ ਆਪਣੇ ਕੋਲ, ਕਹਿੰਦੇ ਭਾਜੀ ਮਿਲ ਕੇ ਜ਼ਰੂਰ ਜਾਣਾ। ਅੱਛਾ ਅੱਛਾ, ਉਹ ਸਵੇਰ ਮਨੇਰ ਦੇ ਤੁਰੇ ਸੀ। ਠੀਕ ਆ, ਆਏ ਤੇ ਸੇਵਾ ਆਪਣੇ ਵੀਰ ਉਹਨਾਂ ਦਾ ਕੀਤਾ। ਠੀਕ ਠੀਕ ਆ। ਤੇ ਫਿਰ ਵਿੱਚ ਦੋ ਗਾਵਾਂ ਜਿਹੜੀਆਂ ਉਧਰ ਚਲ ਗਈਆਂ, ਤੇ ਹੁਣ ਜਿਹੜੀਆਂ ਵਾ ਕੋਲ, ਇਹ ਵੀ ਸਾਰੀਆਂ ਚੰਗੇ ਦੁੱਧ ਵਾਲੀਆਂ ਹੀ ਹਨ ਭਾਈ, ਬ੍ਰੈਂਡ ਹੀ ਹੈ ਗਾਵਾਂ ਆਪਣੇ ਕੋ। ਅੱਛਾ, ਬਹੁਤ ਚੰਗੀਆਂ ਗਾਵਾਂ ਆ। ਠੀਕ ਹੈ, ਤਾਜ਼ੀਆਂ ਸੂਈਆਂ, ਇੱਕੋ ਗੱਬਣ ਹੈ, 3 ਸੂਈਆਂ। ਠੀਕ ਹੈ, ਚਲੋ ਨਾਮ ਦੱਸ ਦਿਓ ਇੱਕ। ਨਾਮ ਸਰਬਜੀਤ। ਹਾਂਜੀ, ਪਿੰਡ ਮਿਸ਼ਰਪੁਰਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਤੇ ਬਟਾਲੇ ਨਿਕਲਦਾ ਪਹਿਲਾ ਪਿੰਡ ਮਿਸ਼ਰਪੁਰਾ ਆਪਣਾ। ਤੇ ਫੋਨ ਨੰਬਰ ਬੋਲ ਦਿਓ ਇੱਕ। ਫੋਨ ਨੰਬਰ ਆਪਣਾ 77-176 ਹਾਂਜੀ 4405-09। ਚਲੋ ਠੀਕ ਹੈ। ਤੇ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਦੀ, ਤਾਜ਼ੀ ਸੂਈ ਹੈ ਇਹ ਵੀਗਾ? ਇਹ ਕੱਲ੍ਹ ਦੀ ਸੂਈ ਹੈ ਭਾਜੀ ਵੈਰ। ਅੱਛਾ, ਕੱਲ੍ਹ ਦੀ ਸੂਈ ਵੈਰ ਦੇ ਕੋਲ ਇਸ ਵੇਲੇ ਬੌਲਾ ਕੰਡੇ ਵਾਲਾ ਜਿਹੜਾ 20 ਕਿਲੋ ਤਿਆਰ, ਬਿਲਕੁਲ ਤਿਆਰ ਜਿਹੜਾ। ਅੱਛਾ, ਵੱਛੀ ਨੇ 30-32 ਕਿਲੋ ਦੁੱਧ ਚਵਾਇਆ। ਅੱਛਾ, ਕਲੂਨ ਨੇ। ਠੀਕ ਹੈ, 35-36 ਲੀਟਰ ਦੁੱਧ ਭਾਜੀ। ਤੇ ਹੈਗੀ ਵੀ ਥੋੜੀ ਥੋੜੀ ਜਰਸੀ ਕਰੋਸ ਆ, ਜਰਸੀ ਕਰੋਸ ਆ, ਬਹੁਤ ਜ਼ਿਆਦੀ ਚੰਗੀ ਵੈਰ ਹੈ। ਤੇ ਥਣ ਵੀ ਦੇਖ ਸਕਦੇ ਜੇ ਲਾਗੇ ਤੋਂ, ਕਾਫੀ ਪਿਆਰਾ ਥਾਂ ਹੈ, ਚੰਗੇ ਗੈਪ ਤੇ ਤੇ ਚੰਗੇ ਸਾਈਜ਼ ਦਾ ਥਾਂ ਹੈ। ਕੁਛ ਕੁਛ ਭਲਾ ਹਵਾ ਨੇ ਤੇ ਹੈਗੀਆਂ ਵਾ, ਬਹੁਤ ਸੀ ਸਾਰੇ, ਤਾਜ਼ੀ ਸੂਈ ਹੈ ਬਿਲਕੁਲ, ਬਹੁਤ ਚੰਗੀ ਹੈ। ਆ ਦੇਖ ਸਕਦੇ ਪੂਰੀ ਮੋਟੀ ਧਾਰ ਹੈ, ਬਹੁਤ ਚੋਈ ਗਾਣੀ ਚੰਗੀ। ਤੇ ਦੋਵੇਂ ਬੰਨੇ ਬੈ ਦੇ, ਚਲੋ ਮਸ਼ੀਨ ਲਾਉਣੀ ਤਾਂ ਵੀ ਠੀਕ ਆ, ਹੱਥ ਨਾਲ ਚਵਾਈ ਤਾਂ ਵੀ ਕੋਈ ਗੱਲ ਨਹੀਂ। ਠੀਕ ਆ, ਹਾਂਜੀ ਹਾਂਜੀ, ਖੋਲੋ ਹਾਂ ਫਿਰ ਤੋਰ ਦਈਏ। ਬਾਕੀ ਕੱਦ ਕਾਠ ਵੀ ਪੂਰਾ ਜਵਾਨ ਆ, ਪੂਰੇ ਕੱਦ ਵਜੇ ਨਾਲ ਹੀ ਰਹਿ, ਸਾਂਭੀ ਸੁੰਭੀ ਚੰਗੀ ਪੂਰੀ ਆ ਕਿਸੇ ਨੇ। ਹਾਂ ਦੇਖ ਸਕਦੇ ਜੀ, 35 ਲੀਟਰ ਤੱਕ ਦੁੱਧ ਜਿਹੜਾ ਕਹਿੰਦੇ ਕਿ ਚਵਾ ਸਕਦੀ ਹੈ। ਅੱਗੋਂ ਘੁਮਾ ਲਿਆ ਵੀ, 19-21 ਭਾਲ ਜਿਹੜੀ ਹੈਗੀ ਆ, ਲੈ ਜਾਓ ਘੁਮਾ ਕੇ। ਬੱਚੇ ਦਾ ਥੋੜ੍ਹਾ ਜਿਹਾ ਵੱਧ ਕਰਦੀ ਆ, ਬੱਚਾ ਜਿਹੜਾ ਅੰਦਰ ਹੈ ਉਸ ਤਰ੍ਹਾਂ ਬੋਡੀ ਸਟਰਕਚਰ ਜਿਹੜਾ ਵੇਖੀਏ ਤੇ ਉਹਨਾਂ ਚੀਜ਼ਾਂ 'ਚ ਚੰਗੀ ਆ, ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ। ਬਾਕੀ ਇੰਨਾ ਹਵਾ ਨਾ ਲੈ ਕੇ ਤੁਰਨਾ ਵੀ ਕਿਹੜਾ ਸੌਖਾ ਹੈ, ਜਾਣ ਵਾਲਾ ਪਸ਼ੂ ਜਿਹੜਾ ਵਾ। ਖੜੇ ਕੋਈ ਸਾਂਭ ਵਾਲਾ, ਪਰ ਜਿਹੜੇ ਖੜ ਕੇ ਧੁੱਪੇ ਬੰਨਣੀ ਆ ਉਹ ਨਹੀਂ ਇਹਨੂੰ ਰੱਖ ਸਕਦਾ। ਤੇ ਬਾਕੀ ਇਹ ਆ ਕਿ ਗਰਮੀਆਂ 'ਚ ਕਾਰਡ ਕੱਢੀ ਜਾਊਗੀ, ਗਰਮੀਆਂ 'ਚ ਕਾਰਡ ਕੱਢੂਗੀ, ਇਹ ਆ ਵੀ 2-3 ਰੱਖਣ ਦੀ ਨਹੀਂ ਲੋੜ। ਅੱਛਾ, ਇੱਕੋ ਹੀ ਰੱਖੋ ਤੇ ਉਹਦੀ ਸੇਵਾ ਚੰਗੀ ਤਰ੍ਹਾਂ ਕਰੋ ਜੀ।
ਤੇ ਇਹਦਾ ਮੁੱਲ ਫਿਰ ਮੁੱਲ ਤੇ ਭਾਜੀ ਏਦਾਂ ਦਾ ਗਾਂ ਦਾ, ਚਲੋ ਤੁਸੀਂ ਵੀ ਸਾਰੇ ਵੀਰ ਭਰਾ ਮੇਰੇ ਤੋਂ ਵੱਧ ਹੀ ਸਿਆਣੇ ਆ ਜਿਹੜੀ ਗੱਲ ਕਰਨ ਵਾਲੀ ਹੈ। ਹਾਂਜੀ ਮੁੱਲ ਤੇ 1.5 ਲੱਖ ਕਰ ਲਓ ਤਾਂ ਵੀ ਵਸੀ ਵਿਕਦੀ ਹੈ। ਹਾਂਜੀ ਪਰ ਆਪਾਂ ਉਹ ਨਹੀਂ ਕਰਨਾ, ਜਾ ਜੀ ਕਰੀਏ ਆਪਾਂ ਦੇ ਭਰਾਵਾਂ ਨੂੰ ਗਾਂ ਤੋਰਨ ਵਾਲਾ ਕੰਮ ਕਰਨਾ ਜਿਹੜੀ ਗੱਲ ਆ। ਠੀਕ ਹੈ ਜੀ, ਮੁੱਲ ਵਸੀ ਦਾ ਭਾਵੇਂ 1 ਲੱਖ ਕਰਾ ਲਓ, ਹਾਂਜੀ ਭਾਵੇਂ 1-5 ਕਰਾ ਲਓ ਵੀਰ ਜੀ। ਅੱਛਾ ਵਸੀ 90,000 ਦੀ ਦੇਣਾ। 90,000 ਦੀ? 90,000 ਤੋਂ 2,000 ਰੁਪਈਆ ਛੋੜ ਆ। ਅੱਛਾ ਹਾਂਜੀ, 88,000 ਚ ਮਾਨ ਮੌਕੇ ਤੇ ਹੋਰ ਕਰ ਦੋ, ਕਰ ਦਾਂਗੇ ਵੀਰ ਜੀ। ਕੋ ਫੋਨ ਲਾਵੇ ਇੱਕ ਵਾਰੀ, ਹੈਨਾ? ਠੀਕ ਹੈ, ਬਹੁਤ ਜ਼ਿਆਦਾ ਚੰਗੀ ਗਾਂ ਹੈ ਜੀ। ਠੀਕ ਹੈ, ਤੇ ਹੁਣ ਆਪਣੇ ਕੋਲ ਦੂਸਰੇ ਨੰਬਰ ਤੇ ਵੀ ਜਰਸੀ ਆ ਗਈ, ਸੂਈ ਸਵਾਈ ਹੈ ਥਾਣਾ, ਇਹਦੇ ਕੋਲ ਵੀ ਕਾਫੀ ਚੰਗਾ ਲੱਗਾ ਹੈ। ਤੇ ਨਿੱਗਰ ਹਵਾਨੇ ਦੀ ਆ ਤੁਹਾਡੀ ਸੀਲ ਬੜੀ ਹੈ। ਠੀਕ ਹੈ, ਚਵਾਈ ਚੂਈ ਭਾਜੀ ਇਹਦੀ ਵੀ ਇੱਕ ਨੰਬਰ ਜਿਆਦਾ। ਹਾਂ ਦੇਖ ਸਕਦੇ ਜੀ, ਹਾਂ ਚਵਾਈ ਦਾ ਨਹੀਂ ਅੰਤ ਕਹੀ ਹੋਵੇ, ਬਹੁਤ ਪੋਲੀ ਚਵਾਈ। ਠੀਕ ਹੈ, ਤੇ ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ? ਇਹਨੂੰ ਅੱਜ 5ਵਾਂ ਦਿਨ ਭਾਜੀ ਸੂਈ ਤੇ। ਇਹਦਾ ਬੱਚਾ? ਇਹਦਾ ਬੱਚਾ ਜੀ ਭਾਜੀ, ਆਹ ਬੱਚਾ ਜਿਹੜਾ ਜਰਸੀ। ਠੀਕ ਆ, ਤੇ ਇਹ ਕਿੰਨਾ ਦੁੱਧ ਤਿਆਰ ਕਰ ਗਈ? ਇਹਦੇ ਕੋ ਭਾਜੀ 20 ਕਿਲੋ ਦੁੱਧ ਕੰਡੇ ਵਾਲਾ ਜੀ। ਤਿਆਰ ਬਿਲਕੁਲ, ਤਿਆਰ ਦੁੱਧ 20 ਕਿਲੋ ਆ ਘਰੋਂ ਚੁਆ ਕੇ ਲੈ ਜੇ। ਕੋ 3 ਡੱਗ ਕੋ ਚੁਆ ਲੈ ਭਾਵੇਂ 4 ਚੁਆ। ਇਹ ਕਿ ਇੱਥੇ 20 ਲੀਟਰ ਦੁੱਧ ਪੂਰਾ ਹੋਵੇ ਤੇ ਕੋਈ ਲੈ ਜੇ, ਨਹੀਂ ਤੇ ਇੱਥੇ ਰਹਿੰਦੇ। ਫਿਰ ਬਰੀਕ ਬੜੀ ਹੈ ਵੇਖੋ, ਤੇ ਕੱਦ ਦੇ ਦਾ ਚਫ ਗਾਵਾਂ ਵਰਗਾ ਹੀ ਆ। ਕੱਦ ਕੋ ਤਾਂ ਪੂਰਾ ਫੁੱਲ ਆ, ਤੇ ਖਾਣ ਪੀਣ ਨੂੰ ਵੀ ਚੰਗੀ ਹੈ। ਕਿੰਨਾ ਕੁ ਚਵਾਈ ਜਾਊਗੀ ਭਾਜੀ? ਦੁੱਧ ਕੋ ਚੰਗੀ ਭਰਾ ਕੋ ਸੇਵਾ ਕਰੂਗਾ ਤੇ 23-24 ਕਿਲੋ ਗਾਂ ਦੁੱਧ ਚਵਾ। ਤੋਰੋ ਹਾਂ ਫਿਰ ਇਹਨਾਂ ਨੂੰ ਤੋਰ। ਬਾਕੀ ਵੈੜਾ ਅੱਜ 4 ਆ, 4 ਹੀ ਆਪਣੀ ਜਗ੍ਹਾ ਜਗ੍ਹਾ ਪੂਰੀਆਂ ਜਿਹੜੀਆਂ ਵਾ ਆਪਣੀਆਂ ਚੰਗੀਆਂ ਵਾ। ਬਾਕੀ ਜਿਹੜੇ ਵੀ ਇੰਨੇ ਪੈਸੇ ਖਰਚਣੇ ਉਹ ਆਪਣਾ ਵੇਚ ਚਾਕ ਕੇ ਖੜਨ। ਬਾਕੀ ਇਹ ਕਿ ਜਿਹੋ ਜਿਹਾ ਪਸ਼ੂ ਉਹੋ ਜਿਹਾ ਮੁੱਲ, ਹਵਾਨਾ ਥੋੜ੍ਹਾ ਜਿਹਾ ਨਿੱਗਰ ਰੱਖ ਲਈਏ। ਬਾਕੀ ਦੁੱਧ ਦੇ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ, ਲੈ ਜਾ। ਬਾਕੀ ਆਹ ਦੇਖ ਸਕਦੇ ਹਵਾਨਾ ਵੀ ਜਿਹੜਾ ਇੱਧਰ ਨੂੰ ਕਰਿਓ, ਇੱਧਰ ਥਾਣ ਵੇਖੋ। ਆਹ ਦੇਖ ਸਕਦੇ ਜੀ, ਬਾਕੀ ਹਵਾਨੇ ਦੇ ਬਰੀਕ ਬਰੀਕ ਨਾੜਾਂ ਜਿਹੜੀਆਂ ਕਾਫੀ ਪਿਆਰੀਆਂ, ਬਹੁਤੀ ਚਵਾਈ ਚੰਗੀ ਹੈ। ਤੇ ਮੁੱਲੇ ਦਾ ਫਿਰ ਭਾਜੀ? ਇਹਦਾ ਵੀ ਲੈਣ ਦੇਣ ਹੀ ਕਰਾਂਗੇ ਜੇ ਅੱਜ ਕਰੀਏ। ਜੇ ਅੱਜ ਦਾ 65,000 ਰੁਪਇਆ ਭਾਜੀ ਮੁੱਲ, 1,000 ਰੁਪਇਆ ਛੋੜ ਕੇ। ਅੱਛਾ, 64,000 ਦੀ? 64,000 ਦੀ ਵਸੀ ਹੈ। ਠੀਕ ਹੈ, ਤੁਹਾਨੂੰ ਵੈਡ ਜਿਹੜੀ ਦੂਸਰੇ ਨੰਬਰ ਤੇ ਤੀਸਰੇ ਤੇ ਆ ਵਸੀ, ਇਹਦੇ ਮਗਰ ਵੀ ਕਾਫੀ ਚੰਗੀ ਆ। ਇਹਦੇ ਮਗਰ ਵਸੀ ਜੇ ਭਾਜੀ? ਅੱਛਾ, ਇਹ ਵੀ ਗਾਂ ਪਰਸੋਂ ਸ਼ਾਮਾਂ ਦੀ ਵਸੀ ਸੂਈ। ਅੱਛਾ, ਇਹ ਆਪ ਵੀ ਵਸੀ ਹੈ? ਠੀਕ ਆ, ਇਹ ਦੋਂਦੀ ਇਹ ਚੌਕ ਦੇ ਦੰਦ ਕੱਢਣ ਲਈ ਜਿਹੜੀ ਗੱਲ ਕਰਨਾ। ਅੱਛਾ, ਤੇ ਥਾਲ ਸੋਣ ਇਹਦਾ ਠੰਡੀ ਸੀਲ ਬਹੁਤ ਜ਼ਿਆਦੀ ਚਵਾ ਚਵੋਕੇ ਦਾ ਵੀ ਪੂਰਾ ਇੱਕ ਨੰਬਰ ਹੁਣੇ ਬੱਚਾ ਛੱਡ ਗਈ ਜੀ। ਠੀਕ ਆ, ਉਹ ਤੇਰਾ ਠੰਡੀ ਤੇਰੀ ਆ? ਠੰਡੀ ਤੇਰੀ ਵਸੀ, ਇਹ ਤਾਂ ਪਹਿਲਾਂ ਦਾ 100 ਟੱਚ ਕਰਦੀਆਂ ਨੇ, ਬਹੁਤ ਚੰਗੀ ਆ ਇਹ। ਤੇ ਅਜੇ ਤਾਂ ਬੋਲਾ ਹੀ ਹੋਣਾ ਇਹਦੇ ਕੋਲ ਵੀ? ਇਹਦੇ ਕੋਲ ਬੋਲਾ ਭਾਜੀ ਕਿੰਨਾ ਕੁ? 14-15 ਕਿਲੋ ਬੋਲਾ ਤਿਆਰ ਜੀ ਇਹਦੇ ਤਿਆਰ ਜਿਹੜਾ ਵਾ। ਅਜੇ ਹੁਣੇ ਅਜੇ ਆਈ ਹੈ, ਬਾਕੀ ਖਾਲੀ ਕਰਕੇ ਆਈ ਜੇ ਵਸੀ ਆ। ਅੱਛਾ, ਮਤਲਬ ਪਾਸ ਕਰਕੇ ਲਿਆਂਦੀ ਹੈ? ਪਾਸ ਕਰਕੇ ਚੋ ਕੇ ਵਸੀ ਲਿਆਂਦੀ ਹੈ। ਚੋ ਕੇ ਕੁਛ ਲਿਆਂਦੀ ਹੈ, ਤੇ ਕਿੰਨਾ ਕੁ ਤੇਰਾ ਦੁੱਧ ਚਵਾਈ ਜਾਊਗੀ ਭਾਜੀ? ਦੁੱਧ ਵਸੀ 20-22 ਕਿਲੋ ਚਾਹੂਗੀ। ਅੱਛਾ, 20 ਦੇ ਲੱਗੇ ਜਿਹੜਾ ਚਵਾਈ ਜਾਊਗੀ, ਚੰਗੇ ਫਾਰਮ ਦੀ ਵਸੀ ਹੈ। ਠੀਕ ਹੈ, ਬਰੀਡ ਬਹੁਤ ਇੱਕ ਨੰਬਰ ਹੈ। ਠੀਕ ਹੈ, ਬਾਕੀ ਥਾਣੇ ਦੇ ਤੁਹਾਨੂੰ ਲੱਗ ਰਿਹਾ ਦਿਖਾਈ, ਪਹਿਲਾਂ ਵਸੀ ਨੂੰ ਥਾਣ ਵੇਖੋ ਕਿੰਨਾ ਦਾ ਲੱਗਾ ਰਿਹਾ, ਥੋੜੀ ਜਿਹੀ ਲਾਤੇ ਦੀ ਪਿੱਛੇ ਕਰਿਓ ਪ੍ਰਾਪਤ। ਚਵਾ ਦੇਖ ਸਕਦੇ ਤਾਂ ਚਵਾ ਜਿਹੜਾ ਬਿਲਕੁਲ ਸਾਫ, ਮੇਨ ਵਾਧਾ ਇਹ ਹੈਗੀ ਠੰਡੀ ਧੀਰੀ ਆ। ਥਾਣ ਵੇਖੋ ਤੇ ਥਾਣ ਦੇਖ ਸਕਦੇ ਆਪਾਂ, ਥਾਣ ਬਹੁਤ ਕੁਆਲਿਟੀ ਦਾ ਬੱਚਾ ਬੈਠਿਆ ਜੇ ਮੂੰਹ ਨਾੜਾ ਵੇਖੋ,
ਦੋ ਤੋਂ ਚਾਰ ਦੰਦ ਹੋਣਦੀ ਆ ਤੇ ਥਾਣ ਆਪਾਂ ਦੇਖ ਸਕਦੇ ਬਹੁਤ ਚੰਗੀ ਹੈ ਭਾਜੀ ਥਾਣ ਤੇ ਗੇਟ ਗੇਟ ਦਾ ਹੁਣੇ ਕੱਢੀ ਫਿਰਦੀ ਹੈ ਬਾਕੀ ਆ ਦੇਖ ਸਕਦੇ ਪੋਲੀ ਵੀ ਪੂਰੀ ਹੈ ਪਸੰਦ ਕੇ ਜਿਹੜੀ ਆ ਪੂਰੀ ਜਿਹੜੀ ਹੈ ਮਗਰ ਵੱਛੀ ਵੀ ਚੰਗੇ ਟਿਕੀ ਦੀ ਆ ਦੰਦ ਵੀ ਇਹਦੇ ਦਿਖਾ ਦਈਏ ਵੀ ਚੌਕ ਦੇ ਪੂਰੇ ਬਰਾਬਰ ਦਈ ਆ ਕਰਨ ਚਾਰ ਦੰਦ ਕੋਈ ਮੰਨ ਲੇ ਛੋਟਾ ਜਿਹਾ ਚਿਹਰਾ ਵੇ ਇਹਦਾ ਚੌਕੀ ਦੇ ਦੰਦ ਜਿਹੜੇ ਬਰਾਬਰ ਕਰਨ ਦੀ ਤੇ ਥਾਂ ਬੜਾ ਪਿਆਰਾ ਬਾਕੀ ਇਹ ਆ ਕਿ ਹੁਣ ਕੁਛ ਚਵਾਈ ਹੋ ਗਿਆ ਆ ਲੈ ਜਾਓ ਜੀ ਬੱਚੇ ਦਾ ਵੀ ਥੋੜ੍ਹਾ ਵੱਧ ਕਰਦੀ ਹੈ ਬਾਕੀ ਥਾਣ ਬੜਾ ਲਾਜਵਾਬ ਹੈ ਜਿਹੜਾ ਗੁਲਾਬੀ ਰੰਗ ਦਾ ਇਹਦਾ ਥਾਣ ਆ ਅਤੇ ਬਿਲਕੁਲ ਹੱਥ ਦੀ ਚਵਾਈ ਵਾਲਾ ਥਾਣ ਜਿਹੜਾ ਇਹਦੇ ਲੱਗਾ ਤੇ ਹਵਾਨੇ ਤੇ ਬਰੀਕ ਬਰੀਕ ਨਾੜਾਂ ਜਿਹੜੀਆਂ ਇਹਦੇ ਵਿੱਚ ਚੰਗੀ ਆ ਕੁਆਲਿਟੀ ਬੜੀ ਮੱਛੀ ਦੀ ਮੱਛੀ ਦਾ ਕੱਦ ਕੁੱਦ ਵੀ ਚੰਗਾ ਆ ਹਾਂਜੀ ਹੈਗੇ ਕੱਦ ਵੀ ਪੂਰਾ ਫੁੱਲ ਵੱਡਾ ਆ ਤੇ ਮੱਛੀ ਦੇ ਮਾਲਕ ਸੋਖਰਾ ਦੇ ਜਿਹੜਾ ਕੋਈ ਵੀਰ ਭਰਾ ਲਊਗਾ ਹਾਂਜੀ ਤੇ ਦੋ ਤਿੰਨ ਸੂਏ ਪੀਣ ਵਾਲੀ ਆ ਮੱਛੀ ਤੇ ਇਹਦਾ ਵੀ ਦੇਖੋ ਬਰੀਡ ਵੇਖੋ ਮੱਛੀ ਮੁੱਲ ਜਾਇਜ਼ ਕਰੀਏ ਮੁੱਲ ਇਹਦਾ ਵੀ ਵਿਧੀ ਜਾਇਜ਼ ਹੈ ਕਿੰਨਾ ਕੁ ਮੁੱਲ ਤੇ ਭਾਵੇਂ 70,000 ਕਰ ਲਈਏ ਤਾਂ ਵੀ ਥੋੜਾ ਵਿੱਚ ਨਹੀਂ ਮੱਛੀ ਕੁਆਲਿਟੀ ਵਾਲੀ ਆ ਇਸ ਤਰ੍ਹਾਂ ਦੀ ਮੱਛੀ ਪਾਲਣ ਲੱਗੇ ਇੰਨਾ ਖਰਚਾ ਆਇੰਦਾ ਜੀ ਹਾਂਜੀ ਹਾਂਜੀ ਮੁੱਲ ਵੀ ਜੀ ਇਹਦਾ ਵੀ 65,000 ਹੀ ਆ ਅੱਛਾ 1,000 ਰੁਪਈਆ ਮੱਛੀ ਦੀ ਛੋੜ ਇਹਦੀ ਅੱਛਾ ਹਾਂਜੀ ਠੀਕ ਆ ਤੇ ਮੱਛੀ ਦੋਵੇਂ ਬੰਨੇ ਬੈ ਕੇ ਭਾਵੇਂ ਚਲੋ ਇੰਨੀ ਠੰਡੀ ਠੀਕ ਆ ਬਹੁਤ ਕੁਆਲਿਟੀ ਵਾਲੀ ਮੱਛੀ ਹੋ ਠੰਡੀ ਸੀ ਥਾਂ ਥੋਂ ਬਹੁਤ ਕੁਆਲਿਟੀ ਆ ਤੇ ਹੁਣ ਇੱਕ ਆ ਗੱਬਨ ਆ ਗਈ ਹੈ ਇਹ ਭਾਜੀ ਦੂਜਾ ਸੂਆ ਹੈ ਅੱਛਾ ਥਾਂ ਥੋਂ ਇਹਦਾ ਬੜਾ ਪਿਆਰਾ ਬਹੁਤ ਚੰਗੀ 20 ਕਿਲੋ ਵਾਲੀ ਦਾ ਹੈ ਆ ਦੇਖ ਸਕਦੇ ਚੰਗੀ ਤਿਆਰ ਹੋਣੀ ਹੈ ਇਹ ਵੀ ਥਾਂ ਇਹਦੇ ਕੋ ਵੀ ਆਪਾਂ ਦੇਖ ਸਕਦੇ ਕਾਫੀ ਚੰਗਾ ਵਾ ਬਾਕੀ ਇਹ ਕਿ ਚੰਗੀ ਚੀਜ਼ ਦਾ ਮੁੱਲ ਵੀ ਚੰਗਾ ਹੀ ਪੈਣਾ ਵਾ ਪਿੱਛਾ ਵੀ ਪੈਸੇ ਦੇ ਕੇ ਲਿਆਂਦੀਆਂ ਹੁੰਦੀਆਂ ਵਾ ਹਾਂਜੀ ਪੈਸੇ ਦੇ ਕੇ ਬਸ ਇਹ ਆ ਵੀ ਲੋਕ ਥੋੜਾ ਸਾਂਭਦੇ ਘੱਟ ਆ ਜਿਹੜਾ ਮੇਰਾ ਵੀਰ ਭਰਾ ਸਾਂਭਦਾ ਵਾ ਉਹ ਇਹ ਹੱਕ ਨਹੀਂ ਰੱਖਦੀਆਂ ਹਾਂਜੀ ਹਾਂਜੀ ਦਿੰਦੀਆਂ ਆ ਜੇ ਆਪਾਂ ਇਹਨਾਂ ਨੂੰ ਖਵਾਲਦੇ ਆ ਇਹਨਾਂ ਤੇ ਰੱਖਦੀਆਂ ਨੇ ਹਾਂਜੀ ਹਾਂਜੀ ਤੇ ਦੂਜਾ ਸੂਆ ਆ ਗਾਂ ਨੇ ਭਾਜੀ 20 ਕਿਲੋ ਦੁੱਧ ਖਵਾਇਆ ਨੇ ਠੀਕ ਆ ਤੇ ਦੁੱਧ 22 ਕਿਲੋ ਭਰਨਾ ਜੀ ਮੈਂ ਠੀਕ ਆ ਬਾਕੀ ਹੈਗੀ ਆ ਵੀ ਕ੍ਰੋਸ ਚ ਕਿਉਂਕਿ ਹੁਣ ਮੌਸਮ ਗਰਮੀ ਦਾ ਆ ਤੇ ਸਾਰੇ ਮਤਲਬ ਬਾਹਰ ਇਦਾਂ ਦਾ ਹੀ ਟਮਾਟੇ ਇਹਨਾਂ ਦੇ ਬਾਕੀ ਸੂਈਆਂ ਦੀ ਜਿਹੜੀ ਚਵਾਈ ਤੁਸੀਂ ਆਪ ਕਰਕੇ ਖੜਨੀ ਤੇ ਗੱਬਨ ਵੀ ਪਾਸ ਕਰਕੇ ਖੜਨੀ ਲੈ ਜਾਓ ਜੀ ਬਾਕੀ ਇਹ ਵੀ ਚਲੋ ਜਿਹੜੇ ਵੀ ਵੀਰ ਭਰਾ ਨੂੰ ਕਿਸੇ ਨੂੰ ਪਸੰਦ ਆ ਜੀ ਕਿਸੇ ਵੇਲੇ ਕੋਈ ਨਵਾਂ ਬੰਦਾ ਹੁੰਦਾ ਵਾ ਹਾਂਜੀ ਹੈਨਾ ਸੋਇਆ ਜਾਨਵਰ ਦੇ ਆਪਾਂ ਚੋਗੇ ਵੇਲੇ ਨੇ ਨਵੇਂ ਬੰਦੇ ਨੂੰ ਹੋ ਸਕਦਾ ਇਹਦੇ ਗੱਬੜ ਦੇ ਨਾਲ ਥਾਣ ਵੇਖਣੇ ਆਉਂਦੇ ਆ ਹਾਂਜੀ ਹਾਂਜੀ ਉਹਦੀ ਸਾਨੂੰ ਮਤਲਬ ਭਾਜੀ ਫੁੱਲ ਗਰੰਟੀ ਆ ਨਾਲੇ ਪਾਸ ਕਰਾ ਦੋਗੇ ਖਰਾਬ ਹੋਵੇ ਚੰਗੀ ਤਰ੍ਹਾਂ ਦੇਵਾਂਗੇ ਅਗਲੇ ਦੇ ਘਰ ਦੀ ਸੂਣ ਤੱਕ ਦੀ ਵੀ ਗਰੰਟੀ ਆ ਵੀ ਸੂ ਕੇ ਲੱਤ ਫਲਾ ਜਾਏਗਾ ਅੱਛਾ ਜੇ ਫਲ ਨਿਕਲੇ ਵਾਪਸੀ ਆ ਠੀਕ ਆ ਹਾਂਜੀ
ਤੇ ਮੁੱਲ ਇਹਦਾ ਜਿਹੜੇ ਵੀਰ ਭਰਾ ਨੂੰ ਮਤਲਬ ਨੌਜ ਹੈ ਉਹਨੇ ਤੇ ਵੇਖ ਹੀ ਲੈਣੀ ਹੈ। ਹਾਂਜੀ 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 ਤੇ ਮੁੱਲ ਵੀ ਜੀ ਇਹਦਾ 60,000 ਆ। ਅੱਛਾ ਸਾਨੂੰ ਭਾਵੇਂ 65-70 ਜੋ ਮਰਜ਼ੀ ਕਰ ਲਈ ਹੈ ਨਾ। ਹਾਂਜੀ ਤੇ 60,000 ਰੁਪਇਆ ਮੁੱਲ ਹੈ, 2,000 ਛੋੜ ਦੇ। ਅੱਛਾ 2,000 ਪੇ ਛੋੜ, 56,000 ਦੀ ਦੇ ਦੋ, 2,000 ਦੀ ਗਾਂ ਭਾਈ ਦੇਣਾ। ਤੇ ਠੀਕ ਹੈ ਜੀ, ਬਾਕੀ ਸਾਰੇ ਵੀਰਾਂ ਨੂੰ ਨਾ ਇੱਕ ਬੇਨਤੀ ਕਰਨੀ ਹੈ ਛੋਟੀ ਜੀ। ਹਾਂਜੀ ਤੇ ਭਰਾ ਦੀ ਮਤਲਬ ਰਿਕਵੈਸਟ ਸਮਝ ਲਓ ਜਾਂ ਛੋਟੇ ਵੀਰ ਦਾ ਮਤਲਬ ਮਾਨ ਤਾਨ ਸਮਝ ਲਿਓ। ਹਾਂਜੀ ਤੇ ਬਾਕੀ ਇਹ ਵੀ ਜਿੱਦਾਂ ਹੁਣ ਤੂੜੀਆਂ ਬਣ ਗਈਆਂ ਵਾ। ਹਾਂਜੀ ਕਿਸਾਨ ਭਰਾ ਮੇਰੇ ਵੀਰ ਜਦੋਂ ਰੋਡ ਦੇ ਉੱਤੇ ਕਿਤੇ ਅੱਗ ਵਿੱਚ ਲੱਗੀ ਹੁੰਦੀ ਆ ਤੇ ਇੰਨਾ ਕੁ ਧਿਆਨ ਰੱਖਿਆ ਕਰੋ, ਧੂੰਏ ਦੇ ਵਿੱਚ ਆਉਂਦੀ ਬੱਸ ਨਾ ਲੰਘਾਇਆ ਕਰੋ। ਹਾਂਜੀ ਵੇਟ ਕਰ ਲਿਆ ਕਰੋ, ਰਸਤਾ ਬਦਲ ਕੇ ਚੱਲ ਜਾਓ। ਇਹਦੇ ਕਾਰਨ ਆ ਹੁਣ ਵੀ 2-3 ਵੀਰ ਜੀ ਨੁਕਸਾਨ ਹੋਏ ਆ, ਹੋ ਜਾਂਦੇ ਆ, ਬਹੁਤ ਜ਼ਿਆਦਾ ਦੁੱਖ ਲੱਗਦਾ। ਹਾਂਜੀ ਤੇ ਮਤਲਬ ਇਹੋ ਹੁੰਦਾ ਵੀ ਖਾਸ ਕਰਕੇ ਅੱਗ ਲਾਓ ਨਾ। ਹਾਂਜੀ ਹਾਂਜੀ, ਤੇ ਜੇ ਕਿਸੇ ਵੀਰ ਭਰਾ ਨੇ ਲਾਉਣੀ ਆ ਪੰਪ ਕੋਲ ਰੱਖੋ, ਟਰੈਕਟਰ ਲਾਗੇ ਰੱਖੋ, ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ। ਹਾਂਜੀ ਹਾਂਜੀ, ਇਹੋ ਵੀ ਜੀ ਬੇਨਤੀ ਕਰਨੀ। ਤੇ ਬਾਕੀ ਮੋਟਰਸਾਈਕਲ ਕੋਈ ਵੀ ਜਾਣ ਡਿਆ ਵੀਰ ਭਰਾ ਕਾਰ ਵਾਲਾ, ਵੇਟ ਕਰ ਲਓ, ਹਾਲੀ ਨਾ ਕਰੋ। ਧੂੰਏ ਦੇ ਵਿੱਚ ਭਾਜੀ ਬੜੀ ਜ਼ਿਆਦਾ ਮਤਲਬ ਪ੍ਰੋਬਲਮ ਆ, ਇਧਰੋਂ ਜੇ ਸਾਨੂੰ ਦੇਖਦਾ ਹੋ ਸਕਦਾ ਅਗਲੇ ਬੰਦੇ ਨੂੰ ਨਾ ਦੇਖਦਾ ਹੋਵੇ। ਹਾਂਜੀ ਹਾਂਜੀ, ਤੇ ਉਹ ਐਕਸੀਡੈਂਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ। ਠੀਕ ਆ, ਤੇ ਬਾਕੀ ਚਲੋ ਗਾਵਾਂ ਵੱਲ ਜੇ ਵੇਖੀ ਤੇ ਜਿਹੜੀਆਂ ਸੂਈਆਂ ਵਾ ਉਹ ਤੁਹਾਡੇ ਘਰੋਂ ਚਵਾਈ ਕਰਕੇ ਖੜੇ ਕੋਈ, ਤੇ ਗੱਬਣਾ ਪਾਸ ਕਰਕੇ ਖੜੇ ਹਨ। ਜਿਹੜੀਆਂ ਸੂਈਆਂ ਦੋ ਟਾਈਮ ਚੋਲੋ, ਕੋਈ ਤਿੰਨ ਟਾਈਮ ਚੋਲੋ, ਉਹ ਤੁਹਾਡੇ ਤੇ ਆ, ਬਾਕੀ ਆਪਣੀ ਸਮਝਣਾ ਵੇਸ ਚਾਹ ਕੇ ਖੜਿਆ ਕਰੋ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।